ਨਾਨਕ ਸਤਿਗੁਰ ਕਾ ਗੁਰਨਾ
Satguru Prasad.
ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਤੇ ਝੁਕੇ ਨੇ, ਤਾਂ ਹੀ ਅਸੀਂ ਗੁਰੂ ਨਾਨਕ ਦੇ ਚਰਨਾਂ ਚ ਆ ਕੇ ਬੈਠੇ ਹਾਂ। ਪਿਆਰੀ ਸਾਧ ਸੰਗਤ ਜੀ, ਵੱਡੇ ਪਹਾੜ ਨੇ ਤੁਹਾਡੇ, ਕਿਉਂਕਿ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਉੱਠਦੇ ਨੇ, ਵਿਰਾਗ ਹੁੰਦੇ ਨੇ, ਫਿਰ ਉਹ ਪ੍ਰਾਣੀ ਸੰਗਤ ਵਿੱਚ ਆ ਸਕਦਾ ਹੈ, ਉਹਨਾਂ ਕੋਲ ਬੈਠ ਸਕਦਾ ਹੈ। ਸੋ ਸਾਡੇ ਵੱਡੇ ਪਹਾੜ ਹਨ। ਅੱਜ ਬਹੁਤ ਵੱਡਾ ਦਿਨ ਹੈ ਪਿਆਰੀ ਸਾਧ ਸੰਗਤ ਜੀ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਵਰਲਡ ਦੇ ਵਿੱਚ ਸਾਰੇ ਸੰਸਾਰ 'ਚ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅੱਜ ਉਸਤ ਹੋ ਰਹੀ ਹੈ, ਅੱਜ ਵਧਾਈਆਂ ਦੇ ਰਹੇ ਹਨ ਸਾਰੇ ਜੱਪੀ ਤੱਪੀ ਦੇਵੀ ਦੇਵਤੇ ਸਾਈਂ ਲੋਕ ਹੋਰ ਬਹੁਤ ਧਰਮਾਂ ਦੇ ਜੈਨੀ ਬੋਧੀ ਸਭ ਗੁਰੂ ਨਾਨਕ ਨੂੰ ਰੱਬ ਮੰਨਦੇ ਹਨ। ਪਹਿਲੀ ਸਾਸ ਅੱਜ ਬਹੁਤ ਵੱਡਾ ਦਿਨ ਹੈ। ਦਾਸ ਦੇ ਬੱਚੇ ਵੱਲੋਂ ਆਪ ਸਾਰਿਆਂ ਨੂੰ ਬਹੁਤ ਬਹੁਤ ਬੇਅੰਤ ਬੇਅੰਤ ਹੀ ਵਧਾਈਆਂ। ਸੋ ਇਸ ਤੋਂ ਆਪਣੀ ਇੱਥੇ ਦੀ ਸਮਾਪਤੀ ਹੈ। ਦਾਸ ਦੇ ਬੱਚੇ ਨੂੰ ਕੀਰਤਨ ਕਰਦੇ ਹਨ, ਅਨੇਕ ਪ੍ਰਕਾਰ ਦੀਆਂ ਗਲਤੀਆਂ ਪੈਦਾ ਹੋ ਗਈਆਂ, ਤੁਸੀਂ ਅਰਦਾਸ ਕਰਨੀ ਹੈ ਕਿ ਦਾਸ ਦੇ ਬੱਚੇ ਨੂੰ ਸ਼ੁੱਧ ਅਤੇ ਸਪਸ਼ਟ ਕੀਰਤਨ ਕਰਨ ਦੀ ਜਾਚ ਆ ਜਾਵੇ। ਇਹ ਤੁਸੀਂ ਦਾਸ ਸਾਡੀ ਚੋਰੀ ਜਪਾਣੀ ਹੈ। ਆਓ ਜਿਹੜੇ ਰਹਿੰਦੇ ਦੀਵਾਨ ਹਨ ਉਹਨਾਂ ਵਿੱਚ ਆਪਾਂ ਇਕੱਠਿਆਂ ਨੇ ਵਧਾਈਆਂ ਦੇਣੀਆਂ ਹਨ, ਜੁੜਨਾ ਹੈ, ਸਤਸੰਗ ਕਰਨਾ ਹੈ। ਸੋ ਇੱਥੇ ਹੀ ਕੀਰਤਨ ਦੀ ਸਮਾਪਤੀ ਹੈ। ਵਧੇ ਵੱਜ ਵੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗਿਆ ਨਹੀਂ ਕਰਦੇ ਸੱਚਾ।
ਆਇਆ ਮਸ਼ਕਤ ਕਾ